ਅੱਜ ਦੇ ਜਿਹੜੇ ਖਾਸ ਗਾਇਕ ਜਿਨ੍ਹਾਂ ਦੇ ਲਈ ਅਸੀਂ ਇਕੱਠੇ ਹੋਏ ਹਾਂ, ਇਹ ਕਮੀ ਇਹਨਾਂ ਦੂਰ ਕੀਤੀ ਨਾ। ਕਾਫੀ ਖਾਜਾ ਗੁਲਾਮ ਫਰੀਦ ਦੀ ਗਾਈ, ਫੋਕ ਵੀ ਗਾਇਆ, ਗੀਤ ਵੀ ਗਾਏ, ਕਲਾਸਿਕੀ ਮੁਸੀਕੀ 'ਤੇ ਇਹਨਾਂ ਦਾ ਪੇੜਾ ਹੈ, ਇਹਨਾਂ ਦਾ ਕਰਦਾ ਇੱਕ ਜੱਦੀ ਸਿਲਸਿਲਾ। ਅਤੇ ਮੈਨੂੰ ਬਹੁਤ ਮਾਣ ਹੈ ਕਿ ਅਸੀਂ ਇਹਨਾਂ ਦੇ ਸੰਗ ਇਹਨਾਂ ਦੀ ਹਜ਼ੂਰੀ 'ਚ ਮੌਜੂਦ ਹਾਂ ਇਸ ਵੇਲੇ। ਅਤੇ ਅਜਿਹੇ ਵਿਰਲੇ ਵਿਰਲੇ ਗਾਇਕ ਹੁੰਦੇ ਨੇ ਕਿ ਘਰ ਘਰ ਜਿਹੜੀ ਜੰਮਣ ਚਿੜੀਆਂ ਅਤੇ ਘਰ ਘਰ ਜੰਮਣ ਘਰ ਵਿਰਲੇ ਮਾਵਾਂ ਜੰਮਦੀਆਂ ਹੰਸ ਜਿਨ੍ਹਾਂ ਦੇ ਨਾਂ ਢਿੱਲੂ ਜੀ ਸਾਡੇ ਕੋਲ ਆਏ ਨੇ, ਇਹਨਾਂ ਦਾ ਸਵਾਗਤ ਹੈ। ਅਤੇ ਇਹਨਾਂ ਦੇ ਸਾਹਿਬਜ਼ਾਦੇ ਜਿਹੜੇ ਕਿ ਜਰਮਨ ਹੁੰਦੇ ਨੇ, ਚਾਂਦ ਖਾਨ ਸੂਰਜ ਖਾਨ ਦਾ ਨਾਂ ਅਸੀਂ ਸਭ ਜਾਣਦੇ ਹਾਂ, ਸੁਣਦੇ ਹਾਂ, ਬਲਕਿ ਅੱਜ ਅਸੀਂ ਵਧਾਈ ਵੀ ਦਿੰਦੇ ਹਾਂ। ਅੱਜ ਚਾਂਦ ਖਾਨ ਦਾ ਵਲੀਮਾ ਵੀ ਹੈ, ਅੱਗੇ ਚਲੋ ਖਬਰ ਦੇ ਦਿਓ ਕੰਪਨੀ ਦੀ ਮਸ਼ਹੂਰੀ ਵਾਸਤੇ। ਅਤੇ ਉਹ ਨਹੀਂ ਤਾਂ ਉਹਨਾਂ ਦੀ ਅੱਜ ਇੱਥੇ ਹਾਜ਼ਰੀ ਹੋਣੀ ਸੀ, ਲੇਕਿਨ ਇਹਨਾਂ ਦੇ ਇੱਕ ਬੇਟੇ ਚਾਂਦ ਖਾਨ ਸੂਰਜ ਖਾਨ ਦੇ ਭਾਈ ਗੁਲਾਮ ਸ਼ਬੀਰ ਖਾਨ ਜਰਮਨੀ ਸੈਟਲ ਨੇ। ਅੱਜ ਮੇਰੇ ਵੀ ਮੈਂ ਵੀ ਉਹਨਾਂ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਨੇ। ਅਤੇ ਇਹ ਬਹੁਤ ਸਾਦ ਖਾਨ ਸਾਹਿਬ ਕਹਿੰਦੇ ਨੇ ਕਿ ਬਹੁਤ ਸੋਹਣਾ ਗਾਉਂਦੇ ਨੇ। ਅਤੇ ਇਹ ਧਰਤੀ ਬਣੀ ਹੈ ਕਿ ਅਸੀਂ ਪਹਿਲੇ ਇੱਕ ਗੀਤ ਇਹਨਾਂ ਕੋਲੋਂ ਸੁਣਾਂਗੇ, ਫਿਰ ਉਸਤਾਦ ਹੁਸੈਨ ਬਖਸ਼ ਗੁਰੂ ਜੀ ਹੋਰਾਂ ਕੋਲੋਂ। ਅਤੇ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ, ਤੁਹਾਡੀ ਮੁਹੱਬਤ 'ਚ ਉਸਤਾਦ ਹੁਸੈਨ ਬਖਸ਼ ਗੁਰੂ ਖਾਨ ਸਾਹਿਬ ਦੇ ਸਾਹਿਬਜ਼ਾਦੇ ਜਨਾਬ ਗੁਲਾਮ ਸ਼ਬੀਰ ਖਾਨ ਸਾਹਿਬ ਨੂੰ ਕਹਾਂਗੇ ਕਿ ਉਹ ਆਉਣ ਔਰ ਸਾਨੂੰ ਗਾਉਣ ਸੁਣਾਉਣ। ਸਹਿ ਸਾਹਿਬ ਨੇ ਮੀਰ ਮੁਹੰਮਦ ਸਾਹਿਬ ਦੀ ਰਵਾਇਤ ਤੋਂ ਬੜਾ ਅੱਛਾ ਸਿਲਸਿਲਾ ਸ਼ੁਰੂ ਕੀਤਾ। ਮੈਂ ਚਾਹਾਂਗਾ ਇੱਕ ਅੱਧੀ ਤਬਰਕਾਂ ਨਾ, ਇਹ ਲੋਕ ਤਬਰਕ ਨੇ ਸਾਡੇ ਲਈ ਪੇਸ਼ ਕਰਾਂਗੇ।
ਮੈਂ ਗਲੀ ਵਿੱਚ ਪਰੀਆਂ ਡਰਦੇ ਮਾਰੀ ਅੱਖਾਂ ਤੇ ਕਿਤੇ ਫੇਰ ਵਿਛੜ ਜਾਵਾਂ ਸੁਣੀ ਜੇ ਤੇ
ਰੱਬ ਤੇ ਮੈਂ ਸੁਣੀ ਜਿੰਦੇ ਨੇ
ਗਲੀ ਵਿੱਚ ਖੰਡ ਬੜੀ ਮਿੱਠੀ ਜ਼ੁਬਾਨ ਪੰਜਾਬੀ ਸਲਾਮਤ ਰਹੀ ਥਾਲੀ ਵਿੱਚ ਖੰਡ ਜਾ